ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਪਰਮਜੀਤ ਸਿੰਘ ਪੱਟੀ, ਪਿੰਡ ਡਸਕਾ, ਜ਼ਿਲ੍ਹਾ ਸੰਗਰੂਰ। ਸੋ ਪਰਮੇਸ਼ਰ ਦਰਬਾਰ ਸਿਹਤ ਸੁਧਾਰ ਮਿਸ਼ਨ ਦੇ ਤਹਿਤ ਅੱਜ ਆਪਾਂ ਫਿਰ ਇੱਕ ਐਸੀ ਬਿਮਾਰੀ ਦੇ ਨਾਲ ਤੁਹਾਡੇ ਸਾਹਮਣੇ ਆਇਆ। ਮੈਂ ਇੱਕ ਐਸੀ ਬਿਮਾਰੀ ਦਾ ਇਲਾਜ ਲੈ ਕੇ ਆਇਆ ਜਿਹਦੇ ਸੰਬੰਧ ਦੇ ਵਿੱਚ ਕਈ ਦਿਨਾਂ ਤੋਂ ਮੇਰੀਆਂ ਭੈਣਾਂ ਦੇ ਫੋਨ ਆ ਰਹੇ ਸੀਗੇ ਕਿ ਕੁਝ ਲੇਡੀਜ਼ ਰੋਗ ਨੇ। ਸੋ ਜਿੰਨੇ ਵੀ ਫੋਨ ਆਏ ਉਹਨਾਂ ਦੇ ਵਿੱਚ ਜਿਹੜੀ ਸਮੱਸਿਆ ਸੀ, ਜਿਹੜੇ ਰੋਗ ਸੀ, ਉਹ ਇੱਕੋ ਜਿਹੇ ਸੀ। ਸੋ ਮੈਂ ਉਹਨਾਂ ਸਾਰਿਆਂ ਰੋਗਾਂ ਦਾ ਇਲਾਜ ਲੈ ਕੇ ਆਇਆ ਆਪ ਜੀ ਦੇ ਵਿੱਚ। ਪਹਿਲਾਂ ਮੈਂ ਦੱਸ ਦੇਵਾਂ, ਜਿੰਨਾ ਸਾਡੀਆਂ ਭੈਣਾਂ ਨੂੰ ਲੇਡੀਜ਼ ਦੇ ਵਿੱਚ ਜਿਹੜੇ ਰੋਗ ਨੇ, ਜਿਵੇਂ ਮਹਾਂਮਾਰੀ ਦੇ ਵਿੱਚ ਜੋ ਮੰਥਲੀ ਪੀਰੀਅਡ ਹੈ, ਮਾਨਸਿਕ ਧਰਮ ਹੈ ਜਿਹੜਾ, ਮਹਾਂਮਾਰੀ ਦੇ ਵਿੱਚ ਬਹੁਤ ਜ਼ਿਆਦਾ ਖੂਨ ਆਉਣਾ ਜਾਂ ਬਹੁਤ ਘੱਟ ਖੂਨ ਆਉਣਾ, ਮਹਾਂਵਾਰੀ ਵੇਲੇ, ਮਾਨਸਿਕ ਧਰਮ ਵੇਲੇ ਜੋ ਮੰਥਲੀ ਪੀਰੀਅਡ ਹੈ, ਇਹ ਸਮੇਂ ਦੇ ਦੌਰਾਨ ਦਰਦ ਜ਼ਿਆਦਾ ਹੋਣਾ ਜਾਂ ਮਹਾਂਵਾਰੀ ਬੰਦ ਹੋਣੀ, ਮੰਥਲੀ ਪੀਰੀਅਡ ਹੈ ਜਿਹੜਾ ਬੰਦ ਹੋਣਾ, ਇਸੇ ਤਰ੍ਹਾਂ ਹੀ ਲੱਕ ਦੇ ਵਿੱਚ ਦਰਦ ਰਹਿਣਾ, ਕਿਸੇ ਵੀ ਕੰਮ ਨੂੰ ਜੀ ਨਾ ਕਰਨਾ, ਘਬਰਾਹਟ ਰਹਿਣੀ, ਸਿਰ ਵਿੱਚ ਦਰਦ ਰਹਿਣਾ, ਜਿੰਨੀਆਂ ਵੀ ਲੇਡੀਜ਼ ਰੋਗ ਨੇ ਇਹ ਸਾਰੇ, ਜਿੰਨੀ ਵੀ ਲੇਡੀਜ਼ ਸਮੱਸਿਆਵਾਂ ਨੇ, ਇਹਨਾਂ ਦਾ ਸਾਰੀਆਂ ਦਾ ਇੱਕੋ ਹੀ ਇਲਾਜ ਹੈ ਕੁਦਰਤ ਦੇ ਵਿੱਚ, ਉਹ ਹੈ ਦੇਸੀ ਘਿਓ। ਖਾਣ ਦਾ ਤਰੀਕਾ ਸੁਣ ਲਓ ਜੀ, ਇੱਕ ਚਮਚ ਦੇਸੀ, ਚਾਹੇ ਮੱਝ ਦਾ ਘਿਓ ਹੈ ਚਾਹੇ ਗਾਂ ਦਾ, ਇੱਕ ਚਮਚ ਘਿਓ ਲੈ ਲਓ। ਸਵੇਰੇ ਅੱਧਾ ਗਲਾਸ ਪਾਣੀ ਨੂੰ ਚੰਗੀ ਤਰ੍ਹਾਂ ਉਬਾਲੋ ਔਰ ਉਹਦੇ ਵਿੱਚ ਅੱਧਾ ਚਮਚ ਘਿਓ ਦਾ ਪਾ ਦਿਓ। ਚੰਗੀ ਤਰ੍ਹਾਂ 5 ਮਿੰਟ ਫਿਰ ਉਬਾਲੋ ਔਰ ਜਿੱਦਾਂ ਚਾਹ ਪੀਵੀ ਦੀ ਹੈ ਨਾ, ਇੱਦਾਂ ਇਹ ਘਿਓ ਮਿਲਿਆ ਹੋਇਆ ਪਾਣੀ ਘੁੱਟ ਘੁੱਟ ਕਰਕੇ ਤੁਸੀਂ ਸਵੇਰੇ ਖਾਲੀ ਪੇਟ ਪੀਣਾ। ਫਿਰ ਆਪ ਜੀ ਨੂੰ ਇੱਕ ਵਾਰ ਦੁਹਰਾ ਰਿਹਾ ਮੈਂ, ਜਿੰਨਾ ਮੇਰੀਆਂ ਭੈਣਾਂ ਦੇ ਮਹਾਂਵਾਰੀ ਮੰਥਲੀ ਪੀਰੀਅਡ, ਜਿਹਨੂੰ ਅਸੀਂ ਮਾਨਸਿਕ ਧਰਮ ਵੀ ਕਹਿੰਦੇ ਹਾਂ, ਇੱਕ ਸਮਾਂ ਐਸਾ ਜੋ ਲੇਡੀਜ਼ 'ਤੇ ਆਉਂਦਾ ਹੈ, ਉਹ ਸਮਾਂ ਮਹਾਂਵਾਰੀ ਦੇ ਵਿੱਚ ਖੂਨ ਦਾ ਜ਼ਿਆਦਾ ਆਉਣਾ ਜਾਂ ਬਹੁਤ ਘੱਟ ਆਉਣਾ, ਮਹਾਂਵਾਰੀ ਬੰਦ ਹੋ ਗਈ ਹੈ, ਮੰਥਲੀ ਪੀਰੀਅਡ ਬੰਦ ਹੋ ਗਿਆ ਜਿਨ੍ਹਾਂ ਦਾ, ਮਾਨਸਿਕ ਧਰਮ ਜਿਨ੍ਹਾਂ ਦਾ ਬੰਦ ਹੋ ਚੁੱਕਿਆ ਹੈ, ਇਸੇ ਤਰ੍ਹਾਂ ਹੀ ਜ਼ਿਆਦਾ ਦਰਦ ਹੋਣਾ ਇਸ ਸਮੇਂ ਦੇ ਵਿੱਚ, ਲੱਕ ਦੇ ਵਿੱਚ ਜ਼ਿਆਦਾ ਦਰਦ ਰਹਿਣਾ, ਸਿਰ ਭਾਰੀ ਰਹਿਣਾ, ਘਬਰਾਹਟ ਰਹਿਣੀ, ਕਿਸੇ ਵੀ ਕੰਮ ਨੂੰ ਜੀ ਨਾ ਕਰਨਾ, ਇਹਨਾਂ ਸਾਰਿਆਂ ਲੇਡੀਜ਼ ਰੋਗਾਂ ਦਾ ਇੱਕੋ ਹੀ ਇਲਾਜ ਹੈ, ਉਹ ਹੈ ਜੀ ਦੇਸੀ ਘਿਓ। ਘਰੇ ਬਣਾਇਆ ਹੋਵੇ, ਚਾਹੇ ਗਾਂ ਦੇ ਦੁੱਧ ਦਾ ਹੋਵੇ, ਚਾਹੇ ਮੱਝ ਦੇ ਦੁੱਧ ਦਾ ਹੋਵੇ, ਪਰ ਘਰੇ ਰਿੜਕਿਆ ਹੋਇਆ ਲਿਓ ਕਿਸੇ ਤੋਂ, ਜੋ ਦੁਕਾਨਾਂ ਦੇ ਉੱਪਰ ਮਿਲਦਾ ਹੈ ਇਹ 'ਚ ਕੈਮੀਕਲ ਮਿਲਿਆ ਹੁੰਦਾ, ਇਹ ਨਾ ਲਿਓ। ਘਰੇ ਕਿਸੇ ਜੋ ਬਣਾਉਂਦੇ ਹੈ ਦੁੱਧ ਰਿੜਕਦੇ ਆ, ਉਹਨਾਂ ਤੋਂ ਘਿਓ ਲੈ ਲਓ ਘਰ ਦਾ ਦੇਸੀ, ਅੱਧਾ ਚਮਚ ਅੱਧੇ ਗਲਾਸ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਉਬਾਲ ਲਓ, ਅਤੇ ਜਿੱਦਾਂ ਤੁਸੀਂ ਚਾਹ ਪੀਂਦੇ ਹੋ ਜਾਂ ਦੁੱਧ ਪੀਂਦੇ ਹੋ, ਇਸ ਤਰ੍ਹਾਂ ਸਵੇਰੇ ਖਾਲੀ ਪੇਟ ਘੁੱਟ ਘੁੱਟ ਕਰਕੇ ਇਹ ਅੱਧਾ ਗਲਾਸ ਪਾਣੀ ਦਾ ਚੰਗੀ ਤਰ੍ਹਾਂ ਉਬਲਿਆ ਹੋਇਆ ਵਿੱਚ ਘਿਓ ਪਾ ਕੇ 5 ਕੁ ਮਿੰਟ ਹੋਰ ਉਬਾਲ ਕੇ, ਅਤੇ ਜਦੋਂ ਪੀਣ ਯੋਗ ਹੋ ਜਾਵੇ ਗਰਮ ਗਰਮ ਘੁੱਟਾਂ ਦੇ ਨਾਲ ਪੀਓ। ਸੋ ਜਿੰਨੇ ਲੇਡੀਜ਼ ਰੋਗ ਨੇ, ਜਿੰਨੀ ਲੇਡੀਜ਼ ਨੂੰ ਰੋਗਾਂ ਦੀ ਸਮੱਸਿਆ ਆਉਂਦੀ ਹੈ ਇਹ ਮੰਥਲੀ ਪੀਰੀਅਡ ਵੇਲੇ, ਮਹਾਂਵਾਰੀ ਵੇਲੇ, ਸੋ ਇਹਨਾਂ 'ਚੋਂ ਇੱਕ ਵੀ ਰੋਗ ਨਹੀਂ ਤੁਹਾਨੂੰ ਰਹੇਗਾ, ਇਹ ਗਰੰਟੀ ਹੈ, ਲਿਖ ਕੇ ਲੈ ਲਓ ਚਾਹੇ, ਅਤੇ ਇਹ ਹਮੇਸ਼ਾ ਕਰਿਆ ਕਰੋ, 1 ਮਹੀਨਾ ਕਰਕੇ ਛੱਡ ਦਿਆ ਕਰੋ, 1 ਮਹੀਨਾ ਫਿਰ ਇਸੇ ਤਰ੍ਹਾਂ, ਅਤੇ ਇਹਦੇ 'ਚ ਕੋਈ ਕੈਮੀਕਲ ਨਹੀਂ, ਕੋਈ ਸਾਡੇ ਸਰੀਰ ਨੂੰ ਨੁਕਸਾਨ ਨਹੀਂ, ਤਾਕਤ ਹੀ ਦਿੰਦਾ ਸਰੀਰ ਨੂੰ ਦੇਸੀ ਘਿਓ, ਹੋਰ ਕਈ ਬਿਮਾਰੀਆਂ ਨੂੰ ਵੀ ਖਤਮ ਕਰਦਾ, ਪਰ ਲੈਣ ਦਾ ਤਰੀਕਾ ਵੱਖੋ ਵੱਖਰਾ ਹੈ।
ਸੋ ਆਪ ਜੀ ਨੂੰ ਮੈਂ ਤਰੀਕਾ ਦੱਸ ਦਿੱਤਾ ਹੈ। ਅੱਧੇ ਗਲਾਸ ਪਾਣੀ ਨੂੰ ਚੰਗੀ ਤਰ੍ਹਾਂ ਗਰਮ ਕਰ ਲਓ, ਫਿਰ ਇਹਦੇ ਵਿੱਚ ਅੱਧਾ ਚਮਚ ਦੇਸੀ ਘਿਓ ਪਾ ਦਿਓ, ਫਿਰ 5 ਕੁ ਮਿੰਟ ਉਬਾਲੋ ਅਤੇ ਫਿਰ ਉਤਾਰ ਕੇ ਪੀਣ ਯੋਗ ਜਦੋਂ ਹੋ ਜਾਏ ਗਰਮ ਗਰਮ ਇੱਕ ਇੱਕ ਘੁੱਟ ਕਰਕੇ ਇਸ ਪਾਣੀ ਨੂੰ ਸਵੇਰੇ ਖਾਲੀ ਪੇਟ ਪੀਣਾ। ਸੋ ਜਿੰਨੇ ਲੇਡੀਜ਼ ਰੋਗ ਨੇ ਇਹਨਾਂ ਸਾਰਿਆਂ ਨੂੰ ਇਹ ਜੜ੍ਹ ਤੋਂ ਖਤਮ ਕਰਦਾ ਗਰੰਟੀ ਦੇ ਨਾਲ। ਸੋ ਆਪ ਵੀ ਵਰਤੋ, ਜਿਨ੍ਹਾਂ ਮੇਰੀਆਂ ਭੈਣਾਂ ਨੂੰ ਜਿਨ੍ਹਾਂ ਹੋਰ ਸੰਗਤ ਨੂੰ ਇਸ ਰੋਗ ਨਾਲ ਕੋਈ ਪੀੜਿਤ ਹਨ ਜੋ ਮੈਂ ਦੱਸੇ ਨੇ, ਸੋ ਇਹ ਉਹਨਾਂ ਨੂੰ ਦੱਸਿਆ ਵੀ ਕਰੋ ਅਤੇ ਆਪ ਵੀ ਵਰਤਿਆ ਕਰੋ। ਜਿਨ੍ਹਾਂ ਨੂੰ ਕੋਈ ਰੋਗ ਨੇ ਇਸੇ ਅੱਗੇ ਵੀ ਦੱਸਿਆ ਕਰੋ। ਕੁਦਰਤ ਦੇ ਨਾਲ ਜੁੜੋ, ਕੁਦਰਤ ਦੇ ਨਾਲ ਪਿਆਰ ਕਰੋ ਜੀ, ਆਯੁਰਵੇਦ ਦੇ ਨਾਲ ਜੁੜੋ, ਦੇਸੀ ਤਰੀਕਿਆਂ ਦੇ ਨਾਲ ਜੁੜੋ, ਕੈਮੀਕਲ ਤੋਂ ਬਚੋ, ਹੋ ਰਹੀ ਸਾਡੀ ਲੁੱਟ ਤੋਂ ਬਚੋ ਜੀ, ਇਹ ਮੈਂ ਬੇਨਤੀ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।